ਹਾਂਜੀ, ਚੱਕਰਾ ਕੇ ਗਿਰ ਗਏ ਸੀ। 3-4 ਕਿਲੋਮੀਟਰ ਤੋਂ ਮੈਂ ਸਰ ਤੁਰਿਆ ਆ ਰਿਹਾ ਸੀਗਾ ਅਤੇ ਪਿੱਛੇ ਪੰਪ ਤੋਂ ਵੀ ਤੇਲ ਨਹੀਂ ਮਿਲਿਆ। ਸਵੇਰ ਤੋਂ ਪੈਟਰੋਲ ਲੱਭਦਾ ਲੱਭਦਾ ਬੇਹੋਸ਼ ਹੋ ਗਿਆ ਮੁੰਡਾ, ਭੁੱਖਾ ਭਾਣਾ ਸਵੇਰ ਤੋਂ ਰੋੜ ਰਿਹਾ ਸੀ ਬਾਈਕ, ਕਿਤੇ ਨਹੀਂ ਮਿਲਿਆ ਤੇਲ ਤਾਂ ਆਖਰੀ ਪੈਟਰੋਲ ਪੰਪ ਦੇ ਸਾਹਮਣੇ ਆ ਕੇ ਆ ਗਏ ਚੱਕਰ। ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਇੱਕ ਨੌਜਵਾਨ ਮੁੰਡੇ ਦੀਆਂ, ਜੋ ਸਵੇਰੇ ਉੱਠਦਾ ਹੈ, ਉਸ ਨੂੰ ਖਬਰ ਮਿਲਦੀ ਹੈ ਕਿ ਪੈਟਰੋਲ ਪੰਪਾਂ 'ਤੇ ਤੇਲ ਖਤਮ ਹੋਣ ਵਾਲਾ ਹੈ, ਤਾਂ ਉਹ ਨੌਜਵਾਨ ਘਰੋਂ ਆਪਣੀ ਬਾਈਕ ਚੁੱਕਦਾ ਹੈ ਅਤੇ ਪੈਟਰੋਲ ਭਰਵਾਉਣ ਦੇ ਲਈ ਨਿਕਲ ਜਾਂਦਾ ਹੈ। ਇੱਕ ਪੈਟਰੋਲ ਪੰਪ 'ਤੇ ਰਸ਼ ਹੁੰਦਾ ਹੈ, ਦੂਜੇ 'ਤੇ ਰਸ਼ ਹੁੰਦਾ ਹੈ ਅਤੇ ਕਈਆਂ 'ਤੇ ਤਾਂ ਪੈਟਰੋਲ ਹੀ ਮੁੱਕਿਆ ਹੁੰਦਾ ਹੈ। ਤਾਂ ਨੌਜਵਾਨ ਪੂਰੇ ਦਿਨ ਦਾ, ਸਵੇਰ ਦਾ ਭੁੱਖਾ ਭਾਣਾ ਪੈਟਰੋਲ ਲੱਭ ਰਿਹਾ ਸੀ, ਤਾਂ ਉਸਦੀ ਮੋਟਰਸਾਈਕਲ 'ਚ ਜਿਹੜਾ ਬਚਿਆ ਹੋਇਆ ਤੇਲ ਸੀ ਉਹ ਵੀ ਖਤਮ ਹੋ ਗਿਆ। ਤਾਂ ਨੌਜਵਾਨ ਰੋੜਦਾ ਹੋਇਆ ਮੋਟਰਸਾਈਕਲ ਇੱਕ ਪੈਟਰੋਲ ਪੰਪ ਦੇ ਲਾਗੇ ਲਿਆਉਂਦਾ ਹੈ, ਲਿਆ ਕੇ ਅੱਗੇ ਦੇਖਦਾ ਹੈ ਤਾਂ ਉਸ ਪੈਟਰੋਲ ਪੰਪ ਦੇ ਵਿੱਚ ਵੀ ਤੇਲ ਮੁੱਕਿਆ ਹੁੰਦਾ ਹੈ। ਬਸ ਇਹ ਚੀਜ਼ ਦੇਖ ਕੇ ਉਹਨੂੰ ਸਦਮਾ ਲੱਗਦਾ ਹੈ ਅਤੇ ਉਹ ਬੇਹੋਸ਼ ਹੋ ਜਾਂਦਾ ਹੈ, ਚੱਕਰ ਖਾ ਕੇ ਹੇਠਾਂ ਡਿੱਗ ਜਾਂਦਾ ਹੈ। ਪੈਟਰੋਲ ਪੰਪ ਦੇ ਕਰਮਚਾਰੀ ਭੱਜ ਕੇ ਉਸ ਨੂੰ ਚੱਕਦੇ ਨੇ, ਕੁਰਸੀ 'ਤੇ ਬਿਠਾਉਂਦੇ ਨੇ, ਪਾਣੀ ਪੂਣੀ ਦੇ ਛਿੱਟੇ ਉਸਦੇ ਮੂੰਹ 'ਤੇ ਮਾਰੇ ਜਾਂਦੇ ਨੇ ਤਾਂ ਜਾ ਕੇ ਕਿਤੇ ਮੁੰਡੇ ਨੂੰ ਹੋਸ਼ ਆਇਆ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਭਵਾਨੀਗੜ੍ਹ ਦੀਆਂ, ਜਿੱਥੇ ਇੱਕ ਨੌਜਵਾਨ ਤੇਲ ਦੀ ਕਿੱਲਤ ਦੇ ਚੱਲਦਿਆਂ ਬੇਹੋਸ਼ ਹੋ ਗਿਆ ਹੈ, ਉਸ ਨੂੰ ਚੁੱਕ ਕੇ ਲਿਆਉਣਾ ਪਿਆ। ਦੇਖ ਸਕਦੇ ਹੋ ਤਸਵੀਰਾਂ, ਚੱਕਰ ਆ ਗਏ। ਕਰੀਬ 3 ਕਿਲੋਮੀਟਰ ਇਹ ਮੋਟਰਸਾਈਕਲ ਰੋੜ ਕੇ ਪੈਟਰੋਲ ਪੰਪ ਤੱਕ ਲੈ ਕੇ ਆਇਆ, ਤਾਂ ਰਾਹ ਦੇ ਵਿੱਚ ਕਮਜ਼ੋਰੀ ਕਰਕੇ ਅਤੇ ਸਵੇਰ ਦਾ ਇਸ ਸ਼ਖਸ ਨੇ ਕੁਝ ਨਹੀਂ ਖਾਧਾ ਸੀ, ਜਿਸ ਕਰਕੇ ਇਸ ਨੂੰ ਚੱਕਰ ਆ ਜਾਂਦੇ ਨੇ ਅਤੇ ਇਹ ਬੇਹੋਸ਼ ਹੋ ਜਾਂਦਾ ਹੈ। ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਸਾਨੂੰ ਸਵੇਰ ਤੋਂ ਹੀ ਹੋ ਰਿਹਾ ਜੀ, ਅਤੇ ਕਈ ਲੋਕ ਸਾਡੇ ਨਾਲ ਲੜ ਕੇ ਜਾ ਰਹੇ ਨੇ ਵੀ ਤੇਲ ਪਾਓ, ਤੇਲ ਹੈ ਨਹੀਂ, ਅਸੀਂ ਤੇਲ ਕਿੱਥੋਂ ਪਾ ਦਈਏ। ਜਿੰਨਾ ਕੁ ਹੈਗਾ ਸੀ ਅਸੀਂ ਉਹ ਪਾਤਾ, ਅਤੇ ਬਾਕੀ ਜੋ ਮਤਲਬ ਹੈਗਾ ਬਹੁਤ ਜ਼ਿਆਦਾ ਲੋਕ ਆ ਰਹੇ ਨੇ, ਤੁਸੀਂ ਦੇਖ ਰਹੇ ਹੋ, ਬਹੁਤ ਪਰੇਸ਼ਾਨੀਆਂ ਹੋ ਰਹੀਆਂ ਨੇ। ਹਾਂਜੀ, ਚੱਕਰਾ ਕੇ ਗਿਰ ਗਏ ਸੀ। 3-4 ਕਿਲੋਮੀਟਰ ਤੋਂ ਮੈਂ ਸਰ ਤੁਰਿਆ ਆ ਰਿਹਾ ਸੀਗਾ ਅਤੇ ਪਿੱਛੇ ਪੰਪ ਤੋਂ ਵੀ ਤੇਲ ਨਹੀਂ ਮਿਲਿਆ, ਅਤੇ ਸਵੇਰ ਦਾ ਕੁਛ ਵੀ ਨਹੀਂ ਖਾਧਾ ਪੀਤਾ, ਅਤੇ ਇਸ ਕਰਕੇ ਉਰੇ 3-4 ਕਿਲੋਮੀਟਰ ਤੋਂ ਮੈਂ ਤੁਰਿਆ ਰਿਹਾ ਅਤੇ ਉਰੇ ਆ ਕੇ ਚੱਕਰ ਆ ਕੇ ਡਿੱਗੇ ਜੀ। ਹਾਂਜੀ, ਉਰੇ ਮੌਕੇ 'ਤੇ ਉਰੇ ਲੋਕਾਂ ਨੇ ਚੱਕਿਆ ਜੀ ਆ ਕੇ, ਅਤੇ ਬਹੁਤ ਦਿੱਕਤ ਆ ਰਹੀ ਹੈ, ਨਹੀਂ ਤੇਲ ਜਮ੍ਹਾਂ ਵੀ ਨਹੀਂ ਪਿਆ, ਇੱਕ ਬੂੰਦ ਵੀ ਤੇਲ ਵੀ ਨਹੀਂ ਹੈਗੀ ਅਤੇ ਮੋਟਰਸਾਈਕਲ। ਇਸ ਤਰ੍ਹਾਂ ਦੇਖਦੇ ਹੋ ਇਸ ਹੜਤਾਲ ਕਰਕੇ ਕਿੰਨਾ ਅਸਰ ਪੈ ਰਿਹਾ? ਬਹੁਤ ਜ਼ਿਆਦਾ ਅਸਰ ਪੈ ਰਿਹਾ ਜੀ, ਮੈਂ 4 ਕਿਲੋਮੀਟਰ ਤੋਂ ਤੁਰਿਆ ਰਿਹਾ ਜੀ, ਮਗਰੋਂ ਬਹੁਤ ਦਿੱਕਤ ਆ ਰਹੀ ਹੈ, ਪਿੱਛੇ ਵੀ ਪੰਪ ਤੋਂ ਤੇਲ ਨਹੀਂ ਮਿਲਿਆ ਜੀ। ਇਹਦਾ ਵੀਰੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ ਲੋਕ, ਇਹ ਤਾਂ ਇਕੱਲਾ ਕੀ ਬਹੁਤ ਪਿੱਛੋਂ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਨੇ। ਪਿੱਛੋਂ ਮੈਂ ਦੇਖਦਾ ਆ ਰਿਹਾ, ਇੱਥੇ ਆ ਕੇ ਪੰਪ 'ਤੇ ਰੁਕਿਆ, 3 ਪੰਪਾਂ 'ਤੇ ਮੈਂ ਪਿੱਛੇ ਰੁਕਿਆ, ਕਿਤੋਂ ਤੇਲ ਨਹੀਂ ਮਿਲਿਆ। ਹੁਣ ਤੱਕ ਬਹੁਤ ਲੋਕ ਇੱਥੋਂ ਚਲੇ ਗਏ ਅਤੇ ਬਹੁਤ ਹੀ ਖੜੇ ਨੇ ਗੇ। ਨੌਜਵਾਨ 3 ਕਿਲੋਮੀਟਰ ਚਲਾ ਗਿਆ, ਇਹਨੂੰ ਅਸੀਂ ਆ ਕੇ ਚੱਕਿਆ ਗਾ, ਇੱਥੇ ਬੇਹੋਸ਼ ਡਿੱਗਿਆ ਸੀਗਾ ਬੇਹੋਸ਼ ਹੋ ਕੇ, ਅਤੇ ਬਹੁਤ ਜ਼ਿਆਦਾ ਤੰਗੀ ਆ, ਯਾਨੀ ਕਿ ਵੀ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਗੇ। ਸਰਕਾਰ ਨੂੰ ਮਾੜਾ ਮੋਟਾ ਸੋਚਣਾ ਚਾਹੀਦਾ ਗਾ ਵੀ ਇੰਨਾ ਜ਼ਿਆਦਾ ਧੱਕਾ ਨਾ ਕਰੇ, ਅਤੇ ਜਿਹੜਾ ਵੀ ਇਹਨਾਂ ਦਾ ਟਰੈਕ ਕੀਤੀ ਹੋਈ ਹੈਗੀ, ਇਹਨਾਂ ਦਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਗਾ। ਅਜੇ ਤਾਂ ਪਹਿਲਾ ਹੀ ਦਿਨ, ਅੱਜ ਅੱਗੇ ਦੇਖੋ 3 ਦਿਨ ਪਏ ਨੇ ਹਜੇ, ਜਲਦੀ ਤੋਂ ਜਲਦੀ ਕੋਈ ਸਰਕਾਰ ਨੂੰ ਹੱਲ ਕੱਢਣਾ ਚਾਹੀਦਾ ਗਾ।